ਕੋਈ ਬਿਹਤਰੀ ਨਹੀਂ। ਇਮਰਾਨ ਭਾਈ ਪੰਜੇ ਦਾ ਪਰਵਾਜ਼ ਨਾ ਕੀ ਤਲਕ ਹੈ, ਮਜ਼ਬੂਤੀ ਨਾਲ ਤਲਕ ਹੈ। ਦੇਖੋ ਨਾ ਪਰਿੰਦਾ ਪੀਚ ਫਸ ਗਿਆ, ਮੌਸਮ ਦੀ ਪੀਚ ਫਸ ਗਿਆ, ਬੁੱਲੇ ਦੀ ਪੀਚ ਫਸ ਗਿਆ, ਜਿਹੜਾ ਮਜ਼ਬੂਤ ਪੰਜੇ ਦਾ ਕਬੂਤਰ ਘਾ ਦਿੰਦਾ, ਤੇ ਜਿਹੜਾ ਗਿੱਲੇ ਪੰਜੇ ਦਾ ਜਾਂ ਗਲਤ ਕਲਰ ਦਾ ਉਹਦਾ ਪੰਜਾ ਉਹ ਜ਼ਾਇਆ ਹੋ ਜਾਂਦਾ, ਨਹੀਂ ਘਾ ਦਿੰਦਾ। ਅਸਾ ਕਿਸੇ ਹਤਮੀ ਰਾਏ ਦਾ ਹੀ ਇੱਕ ਦੋਸਤ, ਮੈਂ ਬੜੇ ਦੋਸਤ ਦੇਖਦੇ ਨੇ ਖੁਸ਼ਕ ਪੰਜਾ ਸਾਰਾ, ਉਹ ਕੱਲ ਤੇ ਵਜ਼ਾਹਤ ਵੀ ਹੋਣੀ ਚਾਹੀਦੀ ਨਾਲ। ਮੁਤਬਾਦਲ ਅਗਰ ਕਬੂਤਰ ਦੂਸਰੇ ਮੋਟੇ ਪੰਜੇ ਵਾਲੇ ਖੁਸ਼ਕ ਜੋ ਗਿੱਲੇ ਗੁੱਲੇ ਜੋ ਵੀ, ਮੋਟਾ ਪੰਜਾ ਹੁੰਦਾ ਇੱਕ ਅਲੱਗ ਚੀਜ਼ ਹੈ। ਹਾਂਜੀ, ਮੋਟਾ ਪੰਜਾ ਅੱਛਾ ਨੀ ਕਿਹਾ ਜਾਂਦਾ, ਲੇਕਿਨ ਖੂਬਸੂਰਤੀ ਬਾਅਦ ਕਬੂਤਰ ਦੇ ਆਮ ਕਬੂਤਰ ਨਾਲ ਥੋੜੇ ਜਿਹੇ ਮੋਟੇ ਹੁੰਦੇ, ਲੇਕਿਨ ਉਹ ਵੀ ਘਾ ਦਿੰਦੇ ਨੇ। ਉਹਦੇ ਕਲਰ ਤੇ ਬੜਾ ਡਿਪੈਂਡ ਕਰਦਾ ਕਬੂਤਰ ਤੇ, ਤੁਹਾਨੂੰ ਸਰ ਕਲਰ ਬੜਾ ਮੇਨ ਨਾਲ ਡਿਪੈਂਡ ਕਰਦਾ। ਯਾਨੀ ਕਬੂਤਰ ਦਾ ਜਿਹੜਾ ਨਾ ਕਲਰ ਉਹ ਜਿਹੜੀ ਉਹਦਾ ਖੁਸ਼ਕੀ ਪੰਤੇ ਆਉਂਦਾ, ਇਹ ਬੜਾ ਜ਼ਰੂਰੀ ਕਬੂਤਰ ਦੇ ਪੰਜੇ ਦੇ ਉੱਤੇ। ਠੀਕ, ਇਸ ਤੋਂ ਅੱਗੇ? ਇਸ ਤੋਂ ਬਾਅਦ ਕਬੂਤਰ ਦੀ ਅੱਖ ਆ ਜਾਂਦੀ ਹੈ, ਅੱਖ ਦੀ ਗ੍ਰਿਪ ਬੜੀ ਜ਼ਰੂਰੀ। ਮਤਲਬ ਤੁਸੀਂ ਅੱਖ ਦਾ 6ਵਾਂ ਨੰਬਰ ਦੇ ਰਹੇ ਹੋ? ਹਾਂਜੀ, 6ਵਾਂ ਸਤਵਾਂ 6ਵਾਂ ਨੰਬਰ। ਠੀਕ, ਕਿਉਂਕਿ ਅੱਖ ਦਾ ਬੜਾ ਜ਼ਬਰਦਸਤ ਕਿਰਦਾਰ ਹੈ ਸਾਰੀ ਇੱਕ ਅਸੀਂ ਇਹਦੀ ਯਾਨੀ ਉਹਦੀ ਅਕਲ ਜਿਹੜੀ ਨਾ ਸਾਰੀ ਉਹਦੀ ਅੱਖ ਤੋਂ ਅਸੀਂ ਜ਼ਿਆਦਾ ਗਾਈਡ ਹੈ, ਇਹਦੇ ਦਿਮਾਗ ਸੀ ਅਕਲ ਜ਼ਾਹਰੀ ਬਾਤ ਹੈ ਲੋਜੀਕਲੀ। ਸਵਾਲ ਬੜੇ ਬਣ, ਲੇਕਿਨ ਇਮਰਾਨ ਭਾਈ ਐਸਾ ਸਵਾਲ ਨਹੀਂ ਕਰਨਾ ਜਿਹਦੇ ਨਾਲ ਜੋ ਦੋਸਤ ਨੌਜਵਾਨ ਨੇ ਨਾ ਉਹ ਸਹੀਸ਼ਨ ਭਟਕ ਜਾਣ। ਹਾਂਜੀ ਹਾਂਜੀ, ਹਾਂ ਅਸੀਂ ਦੋਸਤਾਂ ਦੀ ਆਪਣੇ ਮਦਦ ਕਰਦੇ ਕਰਦੇ ਆ, ਸਾਨੂੰ ਸਰਬਾਰ ਦੀਆਂ ਆਪਣੀਆਂ ਦੇ ਨਾਲ ਨਾ ਸੋਸ਼ਲ ਮੀਡੀਆ ਦੀ ਸਾਨੂੰ ਮੈਂ ਬੜੀ ਵੇਖੀ ਕਮੀ ਹੈ, ਉਹਨੂੰ ਇੰਨੀ ਕੁ ਬਰੀਕੀ ਚ ਵਾਰਦੇ ਆ ਨਾ ਪਏ, ਉਹਨਾਂ ਵਿਚਾਰਿਆਂ ਕਬੂਤਰ ਜਿਹਨੂੰ ਫੜਨਾ ਤਮੀਜ਼ ਨੀ ਪਏ ਕਰਦੇ, ਉਹ ਹੁਣ ਪਲਕਾਂ ਨੇ ਵੇਖਣ ਡਬਲ ਪਲਕਾਂ ਕੀ ਨੇ। ਇੱਥੋਂ ਅੱਜ ਦੋਸਤਾਂ ਨਾਲ ਗੱਲ ਕਹਿੰਦਾ ਯਾਰ ਤੁਸੀਂ ਸਾਰੀ ਕਬੂਤਰਬਾਜ਼ੀ ਲਿਖ ਕੇ ਵੀ ਦੇਖ ਲਓ, ਜਿੰਨੇ ਕੁ ਪ੍ਰੈਕਟੀਕਲ ਨਾਲ ਕਰਵਾ ਨਹੀਂ ਆਉਂਦਾ। ਪ੍ਰੈਕਟੀਕਲ ਬੜੀ ਮੇਨ ਚੀਜ਼ ਹੈ, ਬੜੇ ਬੜੇ ਬੰਦੇ ਪੁਰਾਣੇ ਸ਼ੋਅ ਕਰਨ ਵਾਲੇ ਕਬੂਤਰ ਜੋ ਹੱਥ ਫੜਦੇ ਨੇ ਨਾ ਤੇ ਆਈਡੀਆ ਹੋ ਜਾਂਦਾ ਕਬੂਤਰ। ਅੱਛਾ, ਸਭ ਤੋਂ ਇੱਕ ਚੀਜ਼ ਜ਼ਬਰਦਸਤ ਜਿਹੜੀ ਨਾ ਕਬੂਤਰ ਨੂੰ ਫੜਨਾ ਇੱਕ ਆਰਟ ਹੈ। ਮੇਰੇ ਸਾਰ ਦੀ ਕਬੂਤਰ ਜੀ ਹੱਥ ਫੜ ਕੇ ਜਦੋਂ ਦੇਖਣ ਲੱਗਦੇ ਸੀ ਨਾ, ਯਕੀਨ ਕਰੋ ਮੈਂ ਫੇਸ ਰੀਡ ਕਰਨਾ ਸੀ, ਮੈਂ ਕਹਿੰਦਾ ਇਹਨਾਂ ਨੂੰ ਪਸੰਦ ਆਇਆ, ਇਹ ਕਬੂਤਰ ਸਾਰ ਨਹੀਂ ਪਸੰਦ ਆਇਆ। ਤੇ ਇਹੋ ਚੀਜ਼ ਮੈਂ ਕਬੂਤਰ ਇਹਨਾਂ ਨੇ ਮੇਰੇ ਕਈ ਦੋਸਤ ਬੈਠੇ ਕਹਿੰਦੇ ਯਾਰ ਪਸੰਦ ਆ ਗਿਆ। ਇਹ ਚੀਜ਼ ਹੈਗੀਆਂ ਸਿੱਖਣ ਵਾਲੀਆਂ, ਇਹ ਬੁਰਾ ਬਣਾਉਣ ਵਾਲੀਆਂ ਨਹੀਂ। ਤੁਹਾਨੂੰ ਪਤਾ ਕਿ ਮੈਂ 10 ਸਾਲ ਦਾ ਕਬੂਤਰਬਾਜ਼ੀ ਕਰ ਰਿਹਾ, ਮੈਂ ਪਹਿਲੇ ਕਬੂਤਰ ਪੜ੍ਹਨਾ ਸਿਖਾਈਆਂ, ਮੈਨੂੰ ਪੜ੍ਹਨਾ ਨਹੀਂ ਆਉਂਦਾ। ਚੈੱਕ ਕਰਨ ਵਾਸਤੇ ਪੜ੍ਹਨ ਦਾ ਇੱਕ ਸਟਾਈਲ ਹੈ ਖਾਸ, ਕਬੂਤਰ ਪੜ੍ਹ ਕੇ ਚੈੱਕ ਕਰਨ ਲੱਗੇ ਹੋਣਾ, ਉਹਦਾ ਇੱਕ ਪੜ੍ਹਨ ਦਾ ਖਾਸ ਤਰੀਕਾ। ਜਦੋਂ ਜਿਸ ਤਰ੍ਹਾਂ ਉਸ ਤਰੀਕੇ ਨਾਲ ਪੜ੍ਹੋਗੇ ਨਾ, ਚਲੋ ਵੀ ਤਰੀਕਾ ਬਾਡੀ ਦੇ ਪਾਰਟਸ ਹੀ ਸਾਰੇ ਵੱਖਰੇ ਵੱਖਰੇ ਪੂਰੀ ਕਰੋ ਹਾਂ ਵਜ਼ਾਹਤ ਕੀ ਤਰੀਕਾ ਕਰ। ਮਸਲਨ ਅਗਰ ਮੈਂ ਅਕਸਰ ਇਮਰਾਨ ਭਾਈ ਦੇਖਿਆ ਕਿ ਕਈ ਦੋਸਤ ਨੇ ਇੱਕ ਪੰਜਾ ਇੱਕ ਫੜਦੇ ਨੇ ਥੱਲੇ, ਉਹ ਗਲਤ ਹੈ। ਕਈ ਦੋ ਫੜਦੇ ਨੇ, ਉਹ ਵੀ ਗਲਤ ਹੈ। ਕਈ ਦੋਸਤ ਜਿਹੜੇ ਨੇ ਨਾ ਹੁਣ ਦੁੰਬਾ ਬੰਦ ਤੇ ਬੜੇ, ਮੈਂ ਵੇਖਦਾ ਹੁਣ ਮੇਰੇ ਕੋਲ ਨਹੀਂ ਰਿਹਾ ਗਿਆ, ਕਿਉਂਕਿ ਅੱਛੀ ਦੀ ਗੱਲ ਵੇਖੋ ਜੀ ਕਰਨੀ ਚਾਹੀਦੀ ਹੈ। ਫਲਾਣੀ ਜਗ੍ਹਾ ਤੇ ਅਸੀਂ ਜਾਣ ਬੁੱਝ ਕੇ ਨਾ ਵੇਖੀਦਾ ਕਿ ਲੈਵਲ ਦੇ ਕਿਹੜੇ ਦੋਸਤ ਉਸਤਾਦ ਬੈਠੇ ਨੇ, ਕਬੂਤਰ ਗਲਤ ਤਰੀਕੇ ਨਾਲ ਫੜਦੇ ਰਹੇ, ਉਹ ਲੇਕਿਨ ਉਹ ਵਹਿੰਦੇ ਹੁੰਦੇ ਨੇ, ਉਹ ਇਹਨਾਂ ਦਾ ਕਬੂਤਰ ਨਹੀਂ ਫੜਨਾ ਆਉਂਦਾ। ਹਾਲਾਂਕਿ ਅਸੀਂ ਜਾਣ ਬੁੱਝ ਕੇ ਕਰਦੇ ਹੋਈਦਾ ਕਿ ਯਾਰ ਇਹਨਾਂ ਨੂੰ ਵੇਖੀਏ ਕਿ ਕਰਦੇ ਨੇ। ਦੇਖੋ ਜੀ, ਪਤਾ ਕੀ ਚੀਜ਼ ਹੈ, ਕਿਸੇ ਦੀ ਦਿਲਦਾਰੀ ਕਰਨਾ ਮਕਸਦ ਨਹੀਂ, ਹੱਤਾ ਕਦੀ ਨਹੀਂ ਸੋਚਿਆ ਐਸੀ ਗੱਲ। ਕਮੀਆਂ ਬਤਾਈਆਂ ਇਨਸਾਨਾਂ ਚ ਹੁੰਦੀਆਂ, ਸਿੱਖਣ ਦੇ ਕੰਮ ਹੁੰਦੇ ਸੀ। ਕਬੂਤਰ ਫੜਨ ਦਾ ਤੁਸੀਂ ਕਹਿ ਰਹੇ ਕਿ ਤਮੀਜ਼, ਚਲੋ ਇਹ ਵੀ ਪ੍ਰਾਇਮਰੀ ਸਟੇਜਸ ਨੇ। ਕਬੂਤਰ ਫੜਨ ਦੀ ਮੈਂ ਗੱਲ ਤੋਂ ਕਰ ਰਿਹਾ, ਮੇਰੇ ਕੋਲ ਦੋਸਤ ਆਉਂਦੇ ਨੇ ਨਾ, ਉਹ ਗੱਲ ਅੱਲਾ ਤਾਲਾ ਵੱਡੇ ਬੋਲ ਤੋਂ ਬਜਾਏ 30 ਦੋਸਤ ਆਉਂਦੇ ਨੇ ਸ਼ੋਅ ਕਰਨ ਲਈ ਮੁਖਤਲਫ, ਜਿਹੜੇ ਯਾਨੀ ਜਿਹਨਾਂ ਦਾ ਕਈਆਂ ਨੇ ਬਰੀਡਿੰਗ ਵਾਲੇ ਕਬੂਤਰ ਰੱਖੇ ਨੇ, ਕਈਆਂ ਨੇ ਡਾਂ ਵਾਲਾ ਸ਼ੋਅ ਕਰਦੇ ਨੇ। 30 ਬੰਦੇ ਕਬੂਤਰ ਫੜ ਕੇ ਦੇਖਦੇ ਨੇ ਨਾ, ਤੇ ਮੈਂ ਗੈਸ ਕਰ ਲੈਂਦਾ ਕਿੰਨੇ ਕੀ ਦੇਖਿਆ ਤੇ ਕਿਹਨੂੰ ਕੀ ਸਮਝ। ਅੱਲਾ ਦੇ ਫਜ਼ਲ ਨਾਲ ਉਹਦੀ ਕੀ ਵਜ੍ਹਾ, ਮੈਂ ਇੱਕ ਚੀਜ਼ ਜਾਣਦਾ ਕਿ ਬੇਸ ਇਹ ਕਬੂਤਰ ਬਣਾ ਕੇ ਸਟਾਕ ਕਬੂਤਰ ਨੂੰ ਇੱਕ ਖਾਤੇ ਚ ਲੈਣਾ, ਉਹ ਤਰੀਕੇ ਨਾਲ ਫੜਨਾ ਕੇ ਦੋਸਤ ਨੂੰ ਬਣਾਉਣਾ, ਇੱਕ ਬੇਸ ਨੂੰ ਤੁਸੀਂ ਜਿਹਦਾ ਦੇਖਿਆ ਤੁਸੀਂ ਦੇਖੇ ਕੁਛ ਨਹੀਂ, ਤੁਹਾਡੇ ਉੱਥੋਂ ਹੀ ਲੰਘ ਗਿਆ। ਮੈਂ ਮੇਰੇ ਕੋਲ 10 ਬੰਦੇ ਦੇਖੇ ਦੇ ਹੁੰਦੇ ਨਾ ਦੋਸਤ ਕਬੂਤਰ, ਮੈਂ ਗੈਸ ਕਰਨਾ ਪਹਿਲੇ ਕਿ ਕਿੰਨੇ ਕੀ ਦੇਖਿਆ, ਕਿ ਕਬੂਤਰ ਕੁਛ ਦੋਸਤ ਆਉਂਦੇ ਨੇ ਜਿਹਨਾਂ ਨੂੰ ਸਮਝ ਹੈ ਨਾ, ਉਹਨਾਂ ਨੂੰ ਫਿਰ ਸ਼ੋਅ ਕਰਾਉਣ ਦਾ ਮਜ਼ਾ ਆਉਂਦਾ ਕਿ ਯਾਰ ਮਾਇੰਡ ਰਲੇਗਾ, ਮਜ਼ਾ ਆਏਗਾ। ਜਿਹਨਾਂ ਦੋਸਤ ਨੂੰ ਨਹੀਂ ਸਮਝ, ਉਹ ਫਿਰ ਜ਼ਿਆਦਾ ਕਲਰ ਸੁਖਮੰਦ ਕਬੂਤਰ ਖੂਬਸੂਰਤ ਅੱਖ ਨੂੰ ਤਰਜੀਹ ਦਿੰਦੇ ਨੇ, ਪੜਿਆ ਤੇ ਨੱਸ ਗਿਆ ਤੇ ਦੇਰ ਲਈ, ਉਹ ਫਿਰ ਮਜ਼ੇ ਨਹੀਂ ਆਉਂਦਾ ਉੱਥੇ। ਬੰਦਾ ਕਹਿੰਦਾ ਯਾਰ ਮੈਂ ਇੱਕ ਅੱਗੇ ਵੀ ਵੀਡੀਓ 'ਚ ਇੱਕ ਅਲਫਾਜ਼ ਤੁਹਾਡੇ ਵਾਸਤੇ ਕਹਿੰਦੇ, ਮੈਂ ਤੁਹਾਨੂੰ ਖਸੂਸੀ ਕ੍ਰੈਡਿਟ ਦੇਣਾਗੇ, ਕਿਉਂਕਿ ਏਡੀ ਅੱਛੀ ਯੂਨੀਵਰਸਿਟੀ ਦੇ ਵਿੱਚ ਲਾਹੌਰ ਦੇ ਵਿੱਚ ਤੁਸੀਂ ਜਿੱਥੇ ਰੰਗ ਬਿਰੰਗੇ ਕਬੂਤਰ ਨੇ, ਦੁਨੀਆ ਦਾ ਅੱਛਾ ਕਬੂਤਰ ਹੈ, ਤੇ ਤੁਸੀਂ ਇੱਕ ਬਿਲਕੁਲ ਸਾਦੇ ਜੇ ਤੇ ਆਮ ਜੇ ਕਬੂਤਰ, ਆਮ ਵੇਖੋ ਜੀ ਤੁਹਾਡੇ ਵਾਸਤੇ ਤੇ ਇਹਦਾ ਨਿੰਬਲ ਬਦਲ ਕੋ ਨਹੀਂ, ਤੇ ਦੇਖਣਾ ਬੰਦਾ ਕਹਿੰਦਾ ਯਾਰ ਆਮ ਜਾਂ ਚਿੱਟਾ ਜੇ ਰੱਖਿਆ, ਮੋਤੀਆਂ ਵਾਲਾ ਰੱਖਿਆ, ਇੱਕ ਬਗਲ ਪਾਟਾ ਜਉਂ ਥੇੜਾ ਰੱਖਿਆ, ਕਿਉਂਕਿ ਜਿੱਥੇ ਇੱਕ ਇੰਡਸਟਰੀ ਦੇ ਵਿੱਚ ਤੁਸੀਂ ਬੈਠੇ ਹੋ, ਜਿੱਥੇ ਮੈਂ ਕਹਿੰਦਾ ਮਾਰਕੀਟ ਹੀ ਐਸੀ ਇੱਕ ਕਬੂਤਰ ਲਾਜਵਾਬ ਕਬੂਤਰ ਪਏ ਨੇ, ਇਹ ਵੰਸਵਨੀ ਰੰਗ ਦੀ ਮਿੱਟੀ ਪਈ ਹੈ, ਇਹਦਾ ਜਿਹੜਾ ਅਸਲ ਜਿਹਦਾ ਮੌਕਾ ਫਿਰ ਕਿ ਤੁਹਾਨੂੰ ਕਹਿੰਦੇ ਤੁਹਾਡੇ ਕਬੂਤਰ ਮਿਆਰ ਚ ਨੀ ਪੂਰੇ, ਤੁਸੀਂ ਆਪਣੇ ਮੁਤਮਿਨ ਜ਼ਾਹਰੀ ਗੱਲ ਹੈ ਨਾ ਇਨਸਾਨ ਨਾਲ। ਸਭ ਤੋਂ ਵੱਡੀ ਚੀਜ਼ ਮੈਂ ਅੱਗੇ ਕਹਿੰਦਾ ਕਿ ਤੁਸੀਂ ਆਪਣੇ ਸ਼ੌਕ ਤੋਂ ਮੁਤਮਿਨ ਹੋ ਨਾ, ਤੁਹਾਡੇ ਵਾਸਤੇ ਬੜਾ ਵੱਡਾ ਇਨਾਮ ਹੈ। ਅਸੀਂ ਸ਼ੌਕ ਕਰਦੇ ਹਾਂ ਨਾ, ਮੈਂ ਪਿਛਲੇ 15-16 ਸਾਲਾਂ ਤੋਂ ਯਾਨੀ ਰੈਗੂਲਰ 2004 ਤੋਂ ਅਸੀਂ ਜੇਡ ਉਡਾ ਰਹੇ ਹਾਂ,
ਆਪਣੇ ਹੀ ਕਬੂਤਰ ਘਰ ਦੇ ਉਡਾਉਂਦੇ ਆ ਔਰ ਅਸੀਂ ਅਲਹਮਦੁਲਿਲਾ ਮੁਤਮਿਨ ਸਾਡਾ ਸ਼ੋਅ ਕਰਾਉਂਦੇ ਨੇ ਔਰ ਸਭ ਤੋਂ ਵੱਡੀ ਚੀਜ਼ ਹੁੰਦੀ ਅਸੀਂ ਥੋੜੇ ਪਰਿੰਦੇ ਰੱਖ ਕੇ ਸ਼ੋਅ ਕਰਦੇ ਹਾਂ ਯਾਨੀ ਕਿ ਅਸੀਂ ਨਾ ਹਜ਼ਾਰਾਂ ਸੋਵਾਂ ਦੇ ਹਿਸਾਬ ਨਾਲ ਨਾ ਅਸੀਂ ਫੋਲਡ ਕਰਦੇ ਹਾਂ ਨਾ ਅਸੀਂ ਰੱਖਦੇ ਹਾਂ ਸਾਡਾ ਸ਼ੋਅ ਕੇ ਮਿਆਰੀ ਰੱਖੀਏ ਥੋੜੇ ਰੱਖੀਏ ਉਹਨਾਂ ਦੇ ਨਾਲ ਹੀ ਸ਼ੋਅ ਕਰੀਏ ਔਰ ਅਲਹਮਦੁਲਿਲਾ ਸਾਡਾ ਸ਼ੋਅ ਪੂਰਾ ਸਮਰਾਨ ਸਾਹਿਬ ਭਾਈ ਅੱਖ ਤੇ ਗੱਲ ਆ ਰਹੀ ਹੈ ਸੋਗੇ ਕੋਈ ਹੈ ਗੱਲ ਤੁਹਾਡਾ ਕੋਈ ਪੁਆਇੰਟ ਦੇਖੋ ਜੀ ਕਬੂਤਰ ਦੀ ਚੀਜ਼ਾਂ ਹੀ ਹੈ ਜਿਹੜੀਆਂ ਅਸੀਂ ਡਿਸਕਸ ਕਰ ਲਈ ਪੰਜ ਛੇ ਪੁਆਇੰਟ ਜਿਹੜਾ ਅਸੀਂ ਮੇਨ ਕਰ ਲੈਣੇ ਉਹਦੇ ਵਿੱਚ ਬਰੀਕੀਆਂ ਹੋਰ ਬੜੀਆਂ ਨੇ ਤੁਸੀਂ ਨਹੀਂ ਬਰੀਕੀ ਐਡੇ ਉਹ ਗੱਲ ਨਹੀਂ ਕਰਨੀ ਚਾਹੀਦੀ ਜਿਹੜਾ ਕਿ ਦੋਸਤ ਨੂੰ ਅੱਖ ਦੀ ਹੁਣ ਮੈਂ ਮਾਜ਼ਰ ਨਾਲ ਜ਼ਿਕਰ ਕਰਾਂਗਾ ਨਜ਼ੀਮ ਅਸਗਰ ਸਾਹਿਬ ਨਾਲ ਪਰਸੋਂ ਚੌਥ ਇੱਕ ਬੰਦੇ ਦਾ ਇੰਟਰਵਿਊ ਕਰ ਰਹੇ ਸੀ ਉਹਨਾਂ ਨੇ ਬੜੀਆਂ ਅੱਛੀਆਂ ਗੱਲਾਂ ਕੀਤੀਆਂ ਲੇਕਿਨ ਜਿਹੜਾ ਪਹਿਲਾ ਕਬੂਤਰ ਉਹਨਾਂ ਨੇ ਦਿਖਾਇਆ ਉਹ ਖਰਾਬ ਦਿਖਾਇਆ ਮੈਂ ਨਹੀਂ ਸੀ ਉਹ ਵੀਡੀਓ ਹਾਲੇ ਇੰਟਰਵਿਊ ਹਾਲੇ ਤੱਕ ਨਹੀਂ ਮੈਂ ਦੇਖਿਆ ਮੈਨੂੰ ਦੋਸਤਾਂ ਨੇ ਉਹ ਤਸਵੀਰ ਭੇਜੀ ਉਹਨਾਂ ਕਿ ਯਾਰ ਅੱਖ ਦੇਖੋ ਮੈਂ ਕਿ ਯਾਰ ਖਰਾਬ ਹੈ ਇਹ ਸਹੀ ਨਹੀਂ ਉਹਨਾਂ ਕਹਿੰਦੇ ਇਸ ਤਰ੍ਹਾਂ ਉਹਨਾਂ ਨੇ ਕ੍ਰਿਪ ਦੀ ਗੱਲ ਕੀਤੀ ਹੈ ਲੇਕਿਨ ਲੇਕਿਨ ਉਹ ਖਰਾਬ ਹੈ ਹੁਣ ਮੈਂ ਚਲੋ ਤੁਹਾਨੂੰ ਇੱਕ ਦੋ ਤਸਵੀਰਾਂ ਵੀ ਦਿਖਾ ਦੇਣਾ ਤੁਹਾਡੀ ਅਗਾਈ ਵਾਸਤੇ ਤੁਹਾਨੂੰ ਥੋੜਾ ਜਿਹਾ ਆਸਾਨੀ ਪੈਦਾ ਹੋਈ ਅਗਰ ਜੇ ਮੋਬਾਈਲ ਦੀ ਤਸਵੀਰ ਅਗਰ ਕਲੋਜ਼ ਹੋ ਸਕਦੀ ਨਾ ਬੜੀ ਆਸਾਨੀ ਲੋਕਾਂ ਨੂੰ ਪੈਦਾ ਹੋਈ ਆਪਣੀ ਗੱਲ ਨੂੰ ਥੋੜਾ ਜਿਹਾ ਵਧਾ ਦੇ ਉਹ ਕੱਢ ਲਾਂਗਾ ਉਹਦੇ ਵਿੱਚ ਇਹ ਹੈ ਕਿ ਕਬੂਤਰ ਦੀ ਜਿਹੜੀ ਗ੍ਰਿਪ ਹੈ ਨਾ ਉਹ ਬਹੁਤ ਜ਼ਰੂਰੀ ਹੈ ਤੇ ਮੈਂ ਤੁਹਾਨੂੰ ਨਾ ਕੱਢ ਕੇ ਮਸਾਂ ਤੁਸੀਂ ਕਹਿ ਰਹੇ ਹੋ ਕਿ ਬਰੀਡਿੰਗ ਜੇ ਅਗਰ ਕਬੂਤਰ ਦੀ ਗ੍ਰਿਪ ਅੱਛੀ ਨਹੀਂ ਹੈ ਅੱਖ ਦੀ ਹਾਂਜੀ ਮੁਕੰਮਲ ਨਹੀਂ ਹੈ ਤਾਂ ਅਸੀਂ ਜੋੜੇ ਪਾ ਕੇ ਵਕਤ ਜ਼ਾਇਆ ਕਰਨਾ ਆਪਣਾ ਬਿਲਕੁਲ ਵਕਤ ਜ਼ਾਇਆ ਕਰਨਾ ਉਹਦੀ ਵਜ੍ਹਾ ਪਤਾ ਕੀ ਹੈ ਦੇਖੋ ਤੁਸੀਂ ਨਾ ਇੱਕ ਪਿੰਡਾ ਹੋਇਆ ਹੈਗਾ ਨੁਕਸ ਵਾਲਾ ਨੁਕਸ ਤਨਕੀਦ ਬਰਾਏ ਸਲਾਹ ਵੇ ਅਸੀਂ ਕਹਿੰਦੇ ਤਨਕੀਦ ਬਰਾਏ ਤਨਕੀਦ ਲਿਖਾ ਕਮਰ ਸਾਹਿਬ ਬੜੇ ਪਿਆਰੇ ਦੋਸਤ ਨੇ ਭਾਈ ਨੇ ਮੇਰੇ ਉਹਨਾਂ ਨੇ ਕਿਸੇ ਦੇ ਕਬੂਤਰਾਂ ਦੀਆਂ ਤਿੰਨ ਤਸਵੀਰਾਂ ਉਤਾਰੀਆਂ ਫੇਸਬੁੱਕ ਤੇ ਲਾਤੀਆਂ ਸੌ ਬੰਦੇ ਨੇ ਕਮੈਂਟ ਕੀਤਾ ਸੌ ਤੋਂ ਜਿਆਦਾ ਬੰਦੇ ਨੇ ਮਾਸ਼ਾਅੱਲਾ ਮਾਸ਼ਾਅੱਲਾ ਕਿਸੇ ਬੰਦੇ ਨੇ ਤਨਕੀਦ ਨਹੀਂ ਕੀਤੀ ਉਹ ਮੈਨੂੰ ਫਿਰ ਇਹਦਾ ਪਰਸਨਲੀ ਦੁੱਖ ਹੁੰਦਾ ਕਿ ਯਾਰ ਸਹੀ ਨੂੰ ਸਹੀ ਤੇ ਗਲਤ ਨੂੰ ਵੱਲ ਨੀ ਤੁਸੀਂ ਕਹਿ ਰਹੇ ਖੁਸ਼ਾਮਾਂ ਦੇ ਚੱਕਰ ਨਹੀਂ ਨਹੀਂ ਸਾਨੂੰ ਜਾਂ ਫਿਰ ਵੱਲ ਨੀ ਸਿੱਧੇ ਲੱਗਦਾ ਕਿ ਜਿਸ ਬੰਦੇ ਨੂੰ ਵੱਲੇ ਉਹ ਗਲਤ ਨੂੰ ਗਲਤ ਕਹਿਣਾ ਚਾਹੀਦਾ ਨੂੰ ਅਸੀਂ ਲੋਕ ਸਿੱਖਣ ਦੀ ਕੋਸ਼ਿਸ਼ ਨਹੀਂ ਕਰ ਰਹੇ ਹਾਂ ਅਸੀਂ ਆਪਣੀ ਗੱਲ ਦੇ ਉੱਤੇ ਅਮਲ ਨਹੀਂ ਕਰਦੇ ਅਸੀਂ ਗੱਲ ਹੋਰ ਕਰਨੇ ਅਮਲ ਹੋਰ ਕਰਨੇ ਆ ਇਹ ਖਰਾਬੀ ਹੈ ਉਹ ਮੈਂ ਤਸਵੀਰਾਂ ਐਸੀ ਦੋਸਤਾਂ ਨੂੰ ਦਿਖਾਉਣਾ ਚਾਹਾਂਗਾ ਜਿਹੜੇ ਦੇਖਣਗੇ ਨਾ ਉਹਨਾਂ ਨੂੰ ਬੜੀ ਮਾਲੂਮਾਤ ਮਿਲੇਗੀ ਅੱਲਾਹ ਦੇ ਹੁਕਮ ਨਾਲ ਅੱਖ ਦੇ ਮੁਤਲਕ ਉਹਦੇ ਵਿੱਚ ਤਿੰਨ ਅੱਖਾਂ ਦੀ ਤਸਵੀਰ ਉਹਨੇ ਲਾਈ ਸੀ ਮੈਂ ਦੋ ਕਿਹਾ ਖਰਾਬ ਨੇ ਇੱਕ ਸਹੀ ਹੈ ਮੇਰੇ ਇੱਕ ਦੋਸਤ ਨੇ ਉਹਨਾਂ ਨੇ ਮੈਨੂੰ ਫੋਨ ਕੀਤਾ ਉਹਨੇ ਮੈਸੇਜ ਥੱਲੇ ਕੀਤਾ ਉਹਨੇ ਕਿ ਤੁਹਾਡੇ ਕੋਲ ਜੋਸ਼ ਦੇ ਕਬੂਤਰ ਨੇ ਤੁਸੀਂ ਤਾਂ ਇੱਕ ਪਸੰਦ ਕੀਤੀ ਮੈਂ ਕਿਹਾ ਯਾਰ ਇਹ ਗੱਲ ਨਹੀਂ ਟੈਕਨੀਕਲੀ ਫਾਲਟ ਹੈ ਉਹ ਟੈਕਨੀਕਲੀ ਫਾਲਟ ਕੀ ਹੈ ਮੈਂ ਉਹ ਤਸਵੀਰ ਇਸ ਲਈ ਮੋਬਾਈਲ ਚ ਕੱਢ ਲਈ ਕਿ ਦੋਸਤਾਂ ਨੂੰ ਦਿਖਾਈਏ ਕਿ ਉਹਨਾਂ ਨੂੰ ਪਤਾ ਚੱਲੇ ਕਿ ਇਹਨਾਂ ਚ ਫਾਲਟ ਕੀ ਔਰ ਫਰਕ ਕੀ ਹੈ ਔਰ ਮੈਨੂੰ ਉਮੀਦ ਅਗਰ ਸੌ ਬੰਦਾ ਦੇਖ ਰਿਹਾ ਨਾ ਸੌ ਬੰਦਾ ਉਹਨੂੰ ਨੁਕਸ ਨੂੰ ਨੋਟ ਕਰ ਲਏਗਾ ਇੰਨੀ ਆਸਾਨੀ ਹੋਏਗੀ ਠੀਕ ਪਹਿਲੇ ਨੰਬਰ ਤੇ ਮੈਂ ਅੱਖ ਦਿਖਾ ਦਿੰਦਾ ਤੁਹਾਡਾ ਕਹਿਣ ਦਾ ਮਕਸਦ ਹੈ ਕਿ ਗੱਲਾਂ ਕਰਨੀਆਂ ਹੋਰ ਇੱਕ ਚੀਜ਼ ਤੇ ਹੱਥੀ ਕਰ ਕੇ ਕਹਿੰਦਾ ਕਿ ਯਾਰ ਜਿਹੜੀ ਅਸੀਂ ਗੱਲ ਕਰਦੇ ਯਾਰ ਇਹ ਚੀਜ਼ ਗਲਤ ਹੈ ਫਿਰ ਅਸੀਂ ਗਲਤ ਨੂੰ ਕਿਉਂ ਰੱਖਦੇ ਹਾਂ ਇਮਰਾਨ ਬਾਈ ਤੁਸੀਂ ਇਹ ਕਹਿ ਰਹੇ ਕਿ ਹੁਣ ਇਹ ਕਬੂਤਰ ਦੀ ਅੱਧੀ ਅੱਖ ਜਿਹੜੀ ਨਾ ਸਮਝੋ ਕਿ ਢੱਕੀ ਗਈ ਹੈ ਪਲੱਗ ਦੇ ਅੱਧੀ ਵਿੱਚੋਂ ਲੰਘੀ ਹੋਈ ਇਹਦਾ ਪਿੱਛੇ ਖਲਾ ਆ ਰਿਹਾ ਨਾ ਇਹ ਗਲਤ ਹੈ ਤੇ ਜਦੋਂ ਕਬੂਤਰ ਉੱਡਦੇ ਆ ਨਾ ਜ਼ੋਰ ਮਾਰਦਾ 6-7 ਘੰਟੇ ਦੀ ਪ੍ਰਵਾਸ ਕਰਦਾ ਉਹ ਹਵਾ ਵੀ ਉਹਦੀ ਅੱਖ ਚ ਪੈਂਦੀ ਹੈ ਗੁਬਾਰ ਵੀ ਪੈਂਦਾ ਉਹ ਕਬੂਤਰ ਲੰਬਾ ਫਿਰਦਾ ਰਜ਼ਾਇਆ ਹੋ ਜਾਂਦਾ ਬਸ ਤੁਸੀਂ ਸਖਤ ਨਾਪਸੰਦ ਕਰਦੇ ਮੈਂ ਇਹਨਾਂ ਨੂੰ ਪਸੰਦ ਨਹੀਂ ਕਰਦਾ ਤੁਹਾਡੀ ਰਾਏ ਔਰ ਮੈਂ ਪਰਸਨਲ ਤਜਰਬਾ ਵੀ ਕੀਤਾ ਕਿ ਜੋ ਬਾਕੀ ਇਹ ਜ਼ਾ ਅੱਛੇ ਲੱਗੇ ਨਾ ਕੋਈ ਇਸ ਤਰ੍ਹਾਂ ਦਾ ਬੱਚਾ ਛੱਡ ਲਿਆ ਉਹ ਜ਼ਾਇਆ ਹੀ ਹੋਇਆ ਜ਼ਾਇਆ ਸਾਰੇ ਹੀ ਹੋ ਜਾਂਦੇ ਨੇ ਲੇਕਿਨ 100% ਹੀ ਜ਼ਾਇਆ ਹੋਇਆ ਮਸਲਾ ਅਸੀਂ ਅਗਰ ਪਾਸਿਟਿਵ ਵੇਚ ਲਈਏ ਕਿ ਦੋਸਤਾਂ ਨੂੰ ਇਹ ਕਹਿ ਸਕਦੇ ਹਾਂ ਕਿ ਦੋਸਤ ਜਿਹੜਾ ਅਗਰ ਤੁਸੀਂ ਇੰਤਖਾਬ ਦੇ ਦੌਰਾਨ ਅਗਰ ਅੱਛਾ ਉਹਨਾਂ ਦੇ ਨਾਲ ਇੱਕ ਦੂਸਰੀ ਇੱਕ ਹੋਰ ਹੈ ਇਹ ਦੇਖੋ ਠੀਕ ਉਹ ਵੀ ਦਿਖਾਓ ਇਹ ਵੀ ਤੁਸੀਂ ਦਿਖਾਓ ਇਹਦੇ 'ਚ ਵੀ ਫਾਲ ਲੈ ਉਹਦੇ ਨਾਲ ਥੋੜਾ ਘੱਟ ਹੈ ਲੇਕਿਨ ਹੈ ਸ਼ਾਇਦ ਤੁਹਾਨੂੰ ਨਜ਼ਰ ਆਉਂਦਾ ਹੋਵੇ ਬਿਲਕੁਲ ਬਸ ਇਹਦੇ ਥੋੜਾ ਜਿਹਾ ਅੱਗੇ ਚਲਾ ਗਿਆ ਤਾਂ ਥੋੜਾ ਜਿਹਾ ਘੱਟ ਗਿਆ ਇਹਨੂੰ ਪੰਜਾਬੀ ਅਸੀਂ ਕਹਿੰਦੇ ਚੁੰਨੀਆਂ ਅੱਖਾਂ ਦੇ ਵਿੱਚ ਗੈਪ ਆ ਰਿਹਾ ਤਸੀਆਂ ਅੱਖਾਂ ਚੁੰਨੀਆਂ ਅੱਖਾਂ ਠੀਕ ਸਮਝ ਨਹੀਂ ਥੋੜਾ ਜਿਹਾ ਅੱਗੋਂ ਤੀਸਰੀ ਅੱਖ ਮੇਰੀ ਦਾਨ ਹੈ ਜਿਹੜੀ ਦਰੁਸਤ ਹੈ ਠੀਕ ਜਿਹੜੀ ਦਰੁਸਤ ਅੱਖ ਹੈ ਨਾ ਉਹ ਮੈਂ ਤੁਹਾਨੂੰ ਦਿਖਾਉਣ ਲੱਗਾ ਇਹ ਅੱਖ ਤੁਸੀਂ ਦੇਖ ਸਕਦੇ ਸਿਰਫ ਮੇਰੇ ਕਹਿਣ ਦਾ ਮਕਸਦ ਹੈ ਕਿ 100 ਬੰਦੇ ਨੇ ਕਮੈਂਟਸ ਕੀਤੇ ਨੇ ਕਿਸੇ ਨੇ ਨੁਕਸ ਨਹੀਂ ਹਾਈਲਾਈਟ ਕੀਤਾ ਕਰਨਾ ਚਾਹੀਦਾ ਮਸਦ ਤੋਂ ਤੁਸੀਂ ਕਹਿ ਰਹੇ ਕਿ ਜੇਕਰ ਕਿਸੇ ਦੋਸਤ ਨੂੰ ਸਮਝਾਉਣਾ ਹੈ ਹਾਂ ਅੱਛਾ ਤੇ ਬੁਰਾ ਨਾਲ ਦਿਖਾਓ ਹਾਂ ਕਿ ਯਾਰ ਇਹ ਦੇਖੋ ਅੱਛੀ ਇਹ ਫਾਲਡੇ ਐਸੇ ਉਹਨੇ ਦੀ ਤੁਸੀਂ ਨੱਕ ਦੀ ਗ੍ਰਿਪ ਦੇਖ ਲਓ ਗੱਲ ਕਲਰ ਦੀ ਨਹੀਂ ਹੋ ਰਹੀ ਗੱਲ ਹੋ ਰਹੀ ਟੈਕਨੀਕਲ ਫਾਲਡ ਦੀ ਹਾਂਜੀ ਕਿ ਪੁਆਇੰਟ ਇੱਕ ਤੁਸੀਂ ਅਰੇਜ਼ ਕਰਦੇ ਹੋ ਕਿ ਯਾਰ ਇਹ ਪੁਆਇੰਟ ਦੋਸਤਾਂ ਨੂੰ ਦੱਸ ਰਹੇ ਆ ਦੋਸਤ ਜਿਹੜੇ ਸ਼ੋਅ ਕਰਦੇ ਨੇ ਆਪਣੇ ਤਜਰਬੇ ਚ ਲੈ ਆਣ ਮੇਰਾ ਮਕਸਦ ਹੈਗਾ ਕਿ ਆਸਾਨੀ ਪੈਦਾ ਕਰਨਾ ਅਸੀਂ ਦੋਸਤ ਜਿਹੜੇ ਸਿੱਖਣਾ ਚਾਹੁੰਦੇ ਨੇ ਨਾ ਜਿਹੜੇ ਨਹੀਂ ਮੰਨਦੇ ਉਹਨਾਂ ਦੀ ਮਰਜ਼ੀ ਆਪਣੀ ਹੈ ਜਿਹੜੇ ਸਿੱਖਣਾ ਚਾਹੁੰਦੇ ਨੇ ਉਹ ਇਹ ਚੀਜ਼ ਨੋਟ ਕਰ ਲੈਣ ਦੇਖ ਰਹੇ ਨੇ ਸਕਰੀਨਸ਼ਾਟ ਕਰ ਲੈਣਾ ਕਿਉਂਕਿ ਅਗਰ ਤੁਸੀਂ ਇਹ ਗੱਲ ਦੋਵੇਂ ਅੱਖਾਂ ਉਹਨਾਂ ਦਾ ਸਕਰੀਨਸ਼ਾਟ ਲੈਣ ਦੇ ਲਿਆ
वजाहत आपकी हुई है। फिर मैं कहना जा कलर का रोल ही नहीं है, कोई बहस नहीं। कुछ दोस्त ना जाते ने लोगों आउट ऑफ रिंग लाना रिंग सब लोगों जान वाली गल करते हो या हालांकि तलक ही कोई नहीं जेगा। ਤੁਸੀਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਾਂ, ਮੇਰਾ ਪਰਸਨਲ ਤਜਰਬਾ ਜੇ ਫਿਰੋਜ਼ਪੁਰੀ ਕਬੂਤਰ ਨਾਲ ਕੋਈ ਲੈ ਕੇ ਨਾ ਕੋਈ ਵੀ ਅੱਖ ਦੀ ਗੱਲ ਕਰ, ਮੈਂ ਅੱਖ ਬਣਾਉਣ ਦਾ ਮੈਨੂੰ ਕਦੇ ਸ਼ੌਕ ਰਿਹਾ, ਤੁਸੀਂ ਲਾਲ ਅੱਖ ਲਵੋ ਨਾਲ ਗ੍ਰੇ ਅੱਖ ਲਵੋ, ਇਹਨਾਂ ਨੂੰ ਆਪਸ ਚ ਲਾ ਲਿਓ, ਕੁਦਰਤ ਦੀ ਐਸੇ ਰਿੰਗ ਬਣ ਜਾਣਗੇ ਤੁਹਾਡੀ ਹੈਰਤ, ਤੁਹਾਨੂੰ ਤੁਹਾਡੀ ਹੈਰਤ ਤੋਂ ਜ਼ਿਆਦਾ ਰਿੰਗ ਬਣ ਜਾਣਗੇ। ਫਿਰ ਉਮਰ ਦੇ ਨਾਲ ਕਬੂਤਰ ਆ ਕੇ ਰਿੰਗ ਬਣਾ ਜਾਂਦਾ, ਜਰੇ ਬਣਾ ਜਾਂਦਾ, ਇਹ ਕੁਆਲਿਟੀ ਚ ਨਹੀਂ ਚੀਜ਼ਾਂ ਆਉਂਦੀਆਂ। ਇਮਰਾਨ ਬਾਈ ਇਹ ਸ਼ੋਭਾ